ਸੋ ਅੱਜ ਗੱਲ ਆਪਾਂ ਯੂਕੇ ਦੀ ਕਰਨ ਜਾ ਰਹੇ ਆ ਤੇ ਕੁਝ ਹਟਕੇ ਆਪਸ਼ਨਸ ਬਾਰੇ ਆਪਾਂ ਡੇਰ ਸਾਰੀ ਗੱਲਾਂ ਕਰਨੀਆਂ ਨੇ ਕਿਉਂਕਿ ਜਿਹੜੇ ਸਟੂਡੈਂਟਸ ਓਪਨ ਬੋਰਡ ਤੋਂ ਪਾਸ ਆਊਟ ਨੇ 40% ਤੱਕ ਮਾਰਕਸ ਰਹਿ ਗਏ ਨੇ 4.5 ਬੈਂਡ ਨੇ ਉਹਨਾਂ ਲਈ ਇੱਕ ਅਜਿਹੀ ਆਪਸ਼ਨ ਦੀ ਗੱਲ ਕਰ ਰਿਹਾ ਜਿੱਥੇ ਚਲਦੇ ਹੋਏ ਆ ਤੁਸੀਂ ਯੂਕੇ ਜਾਣ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਸੋ ਬਹੁਤ ਗੌਰ ਨਾਲ ਸੁਣਨ ਵਾਲੀ ਅੱਜ ਦੀ ਵੀਡੀਓ ਔਰ ਤੁਹਾਡੇ ਕਈ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਮਿਲਣ ਜਾ ਰਹੇ ਨੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਯੂਕੇ ਨੂੰ ਲੈ ਕੇ ਖਾਸ ਆਪਸ਼ਨਸ ਤੁਹਾਡੇ ਨਾਲ ਡिटेल ਵਿੱਚ ਸਾਂਝੀਆਂ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਸਟੂਡੈਂਟਸ ਜਿਵੇਂ ਕਿ ਜਾਣਦੇ ਨੇ ਹੁਣ ਤੁਸੀਂ ਲਗਾਤਾਰ ਮੈਮ ਨਾਲ ਜੁੜਦੇ ਹੋ ਔਰ ਤਕਰੀਬਨ 26-27 ਸਾਲਾਂ ਤੋਂ ਮੈਮ ਸਟੂਡੈਂਟਸ ਨੂੰ ਗਾਈਡ ਵੀ ਕਰਦੇ ਆ ਰਹੇ ਨੇ ਔਰ ਮੈਮ ਦੀ ਗਾਈਡੈਂਸ ਦੇ ਨਾਲ ਬਹੁਤ ਸਾਰੇ ਸਟੂਡੈਂਟਸ ਨੇ ਜਿਹੜਾ ਆਪਣਾ ਸਟੱਡੀ ਵੀਜ਼ਾ ਲਗਵਾ ਕੇ ਆਪਣੀ ਆਪਣੀ ਡੈਸਟੀਨੇਸ਼ਨ ਜਿੱਥੇ ਜਾਣਾ ਚਾਹੁੰਦੇ ਸੀ ਉੱਥੇ ਪਹੁੰਚ ਕੇ ਆਪਣੀ ਲਾਈਫ ਨੂੰ ਸੈਟਲ ਕਰ ਚੁੱਕੇ ਨੇ ਸੋ ਮੈਮ ਅੱਜ ਆਪਾਂ ਜੋ ਇੱਕ ਖਾਸ ਆਪਸ਼ਨਸ ਬਾਰੇ ਗੱਲ ਕਰ ਰਹੇ ਆ ਓਪਨ ਬੋਰਡ ਤੋਂ ਪਾਸ ਹੋੜ ਸਟੂਡੈਂਟ ਬਾਰੇ ਕੋਈ ਇਹਨਾਂ ਜ਼ਿਕਰ ਨਹੀਂ ਕਰਦਾ ਆਪਾਂ ਨਾਰਮਲੀ ਦੇਖੀਏ ਤਾਂ ਚੰਗੀ ਪ੍ਰੋਫਾਈਲਸ ਜਾਂ ਚੰਗੇ ਕਿਸੇ ਬੋਰਡ ਤੋਂ ਪਾਸ ਆ ਜਿਵੇਂ ਗੱਲ ਕਰ ਰਹੇ ਆ ਓਪਨ ਬੋਰਡ ਤੋਂ ਪੜਿਆ ਓਬਵੀਅਸ ਸਟੂਡੈਂਟ 40% ਉਹਦੇ ਮਾਰਕਸ ਨੇ ਜਾਂ 4.5 ਕ ਬੈਂਡ ਨੇ ਕਿਹੜੀ ਆਪਸ਼ਨ ਤੁਸੀਂ ਅੱਜ ਉਹਨਾਂ ਨੂੰ ਗਾਈਡ ਕਰਨ ਜਾ ਰਹੇ ਹੋ ਇੱਕ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਕਿ ਜਿਹੜੇ ਬੱਚਿਆਂ ਦਾ ਪ੍ਰੋਫਾਈਲ ਥੋੜਾ ਜਿਹਾ ਹਿਲਿਆ ਹੋਇਆ ਹੈ ਕਈ ਵਾਰੀ ਕੀ ਹੁੰਦਾ ਕਿ ਸਟੂਡੈਂਟ ਜਿਹੜਾ ਮੈਡੀਕਲ ਜਾਂ ਨਾਨ ਮੈਡੀਕਲ ਵਾਲੇ ਜਿਹੜੇ ਸਪੈਸ਼ਲੀ ਹੈ ਉਹ ਤਿਆਰੀ ਕਰਨ ਦੇ ਵਿੱਚ ਆਪਣੇ ਕੰਪੀਟੀਸ਼ਨ ਦੀ ਕਈ ਵਾਰੀ ਪਰਸੈਂਟੇਜ ਲੋ ਹੋ ਜਾਂਦੀ ਹੈ ਬੱਚਾ ਇੰਟੈਲੀਜੈਂਟ ਹੁੰਦਾ ਹੈ ਜੀ ਬਿਕੋਜ਼ ਆਫ ਲੋ ਪਰਸੈਂਟੇਜ ਯੂਨੀਵਰਸਿਟੀਆਂ ਨਹੀਂ ਲੈਂਦੇ ਕਿਉਂਕਿ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ 55 60 ਪਰਸੈਂਟ ਮਿਨੀਮਮ ਰਹਿੰਦੀ ਹੈ ਕੰਪੀਟੀਸ਼ਨ ਬਹੁਤ ਹੋ ਗਿਆ ਬੱਚੇ ਜ਼ਿਆਦਾ ਹੋ ਗਏ ਅਪਲਾਈ ਕਰਨ ਵਾਲੇ ਪਹਿਲੇ 50 ਪਰਸੈਂਟ ਨੂੰ ਕੋਈ ਮਨਾ ਨਹੀਂ ਕਰਦਾ ਸੀ ਹੁਣ ਚੋਣ ਜ਼ਿਆਦਾ ਹੋ ਗਈ ਉਹਨਾਂ ਦੇ ਕੋਲ 60 ਪਰਸੈਂਟ ਦੇ ਬਾਅਦ ਵੀ ਉਹ ਕਈ ਵਾਰੀ ਮਨਾ ਕਰ ਦਿੰਦੇ ਆ ਹੁਣ ਜਿਹੜੇ ਬੱਚੇ ਦਾ ਕੋਈ 40 ਪਰਸੈਂਟ 45 ਪਰਸੈਂਟ 50 ਪਰਸੈਂਟ ਆਇਆ ਜੇ ਕੋਈ ਹੋਰ ਨਹੀਂ ਲੈ ਰਿਹਾ ਉਹਨਾਂ ਦੇ ਕੋਲ ਕੀ ਆਪਸ਼ਨ ਹੈ ਔਰ ਉਹ ਇੱਕ ਪਾਥਵੇ ਪ੍ਰੋਗਰਾਮ ਲੈਣਾ ਚਾਹੁੰਦੇ ਆ ਰਾਈਟ ਹੁਣ ਪਾਥਵੇ ਪ੍ਰੋਗਰਾਮ ਬੜਾ ਕਲੀਅਰ ਹੈ ਕਿ ਜੇ ਬੱਚੇ ਦੀ ਪਰਸੈਂਟੇਜ ਘਟ ਹੈ ਜਾਂ ਬੱਚੇ ਨੇ 10th ਜਾਂ 11th ਕੀਤੀ ਹੈ ਫਿਰ ਜਾਣਾ ਜਾ ਰਿਹਾ ਤੁਸੀਂ ਇਹ ਬੜੇ ਧਿਆਨ ਨਾਲ ਦੇਖੋ ਕਿ 10th ਜਾਂ 11th ਕੀਤੀ ਹੈ ਫੇਰ ਜਾਣਾ ਚਾਹ ਰਿਹਾ ਹੈ ਹਜੇ ਪਲੱਸ 2 ਨਹੀਂ ਕੀਤੀ ਆਪਣਾ ਟਾਈਮ ਬਚਾਣਾ ਚਾਹ ਰਿਹਾ ਤੇ ਪਾਥਵੇ ਪ੍ਰੋਗਰਾਮ ਜਿੰਨੀ ਦੇਰ ਚ ਤੁਸੀਂ ਪਲੱਸ 2 ਕਰੋਗੇ ਇੰਨੀ ਦੇਰ ਚ ਇੱਕ ਸਾਲ ਦਾ ਪਾਥਵੇ ਪ੍ਰੋਗਰਾਮ ਕਰ ਲੋਗੇ ਆਇਲਸ ਬੈਂਡ ਜਿਹੜੇ ਪਟ ਦੇਣਾ ਯੂਕੇ ਵੀਆਈ ਪਏਗਾ 4.5 ਬੈਂਡ ਤੁਹਾਡੇ ਚੱਲ ਸਕਦੇ ਆ ਹੈਨਾ ਪੀਟੀ 46 ਇਹ ਚ ਚੱਲ ਸਕਦਾ ਬਟ ਆਇਲਸ 4.5 ਬੈਂਡ ਈਚ ਯੂਕੇਵੀਆਈ ਆਇਲਸ ਇਹਦੇ ਵਿੱਚ ਓਪਨ ਬੋਰਡ ਵੀ ਜਾ ਸਕਦਾ ਹੈ ਪ੍ਰਾਈਵੇਟ ਬੋਰਡ ਵੀ ਜਾ ਸਕਦਾ ਹੈ ਉਹ ਕੋਈ ਮਰਜੀ ਬੋਰਡ ਹੋਏ ਉਹ ਜਾ ਸਕਦਾ ਹੈ ਬਿਊਟੀ ਆਫ ਦਾ ਪ੍ਰੋਗਰਾਮ ਕੀ ਹੈ ਬੱਚਾ ਕਿਉਂ ਇਹਦੇ ਵਿੱਚ ਜਾਏ ਕਿਉਂਕਿ ਇਹ ਨਹੀਂ ਕਿ ਖਾਲੀ ਪ੍ਰੋਫਾਈਲ ਥੋੜਾ ਜਿਹਾ ਹਿੱਲ ਗਿਆ ਇਸ ਕਰਕੇ ਇਸ ਕਰਕੇ ਵੀ ਜਾਣਾ ਹੈ ਕਿ ਤੁਸੀਂ ਪਾਥਵੇ ਪ੍ਰੋਗਰਾਮ ਲੈ ਕੇ ਇੱਕ ਸਾਲ ਕੰਪਲੀਟ ਕਰਕੇ ਯੂਕੇ ਪੜਨਾ ਹੈ ਯੂਕੇ ਤੁਸੀਂ ਅੱਗੇ ਡਿਗਰੀ ਚ ਜਾ ਸਕਦੇ ਹੋ ਕੈਨੇਡਾ ਪੜਨਾ ਹੈ ਆਸਟ੍ਰੇਲੀਆ ਪੜਨਾ ਹੈ ਨਿਊਜ਼ੀਲੈਂਡ ਯੂਐਸ ਕਿੱਧਰ ਮਰਜ਼ੀ ਜਾਣਾ ਦਿਸ ਇਜ਼ ਅ ਪਾਥਵੇ ਪ੍ਰੋਗਰਾਮ ਮਤਲਬ ਤੁਹਾਨੂੰ ਜਿਹੜੇ ਮੇਨ ਪ੍ਰੋਗਰਾਮ ਦੇ ਵਾਸਤੇ ਜਿਹੜਾ ਤੁਹਾਡੀ ਪ੍ਰੋਫਾਈਲ ਹਿਲ ਗਿਆ ਜਾਂ 11 ਦੇ ਬਾਅਦ ਜਾਣਾ ਚਾਹ ਰਹੇ ਹੋ ਆਪਣਾ ਸਾਲ ਬਚਾਉਣਾ ਚਾਹ ਰਹੇ ਹੋ ਤੇ ਇਹ ਪ੍ਰੋਗਰਾਮ ਲੈ ਕੇ ਤੁਸੀਂ ਜਿਹੜਾ ਮੇਨ ਪ੍ਰੋਗਰਾਮ ਚ ਆਲ ਓਵਰ ਵਰਲਡ ਕਿੱਧਰੇ ਵੀ ਜਾ ਸਕਦੇ ਹੋ ਜੇ ਮੰਨ ਲਓ ਤੁਸੀਂ ਫਾਈਲ ਲਗਾਣੀ ਹੈ ਕਿਸੇ ਹੋਰ ਕੰਟਰੀ ਦੀ ਨਾਟ ਯੂਕੇ ਦੀ ਤੇ ਫੇਰ ਤੁਹਾਨੂੰ ਇਹ ਨਹੀਂ ਕਿ ਇੰਡੀਆ ਆ ਕੇ ਲਾਣੀ ਪਏਗੀ ਇਹ ਕੁਐਸਚਨ ਮੇਰੇ ਕੋਲ ਬਹੁਤ ਆਂਦਾ ਕਿ ਇੰਡੀਆ ਆਣਾ ਪਏਗਾ ਨਹੀਂ ਤੁਹਾਨੂੰ ਇੰਡੀਆ ਨਹੀਂ ਆਣਾ ਪਏਗਾ ਫਾਈਲ ਉੱਥੋਂ ਹੀ ਲੱਗੇਗੀ ਪਾਥਵੇ ਪ੍ਰੋਗਰਾਮ ਹੈ ਮੇਨ ਪ੍ਰੋਗਰਾਮ ਚ ਤੁਸੀਂ ਲਗਾ ਰਹੇ ਹੋ ਤੁਸੀਂ ਫਾਈਲ ਉੱਥੋਂ ਹੀ ਲਗਾ ਸਕਦੇ ਹੋ ਜਿੱਦਾਂ ਸਮਝੋ ਐਚ ਡੀ ਐਸ ਚਾ ਕਿ ਤੁਹਾਡੇ ਜਿਹੜਾ ਆਈਐਸ ਦਾ ਸਕੋਰ ਉਸ ਟਾਈਮ ਚਾਹੀਦਾ ਹੈ ਇੱਕ ਸਾਲ ਦੇ ਬਾਅਦ ਔਰ ਆਈਐਸ ਜੇ ਵੈਲਿਡ ਹੈ ਤੇ ਤੁਹਾਡਾ ਉਹੀ ਸਕੋਰ ਚੱਲ ਜਾਏਗਾ ਔਰ ਜੇ ਕਿ ਇੱਕ ਸਾਲ ਦਾ ਜਿਹੜਾ ਪਾਥਵੇ ਦਾ ਜਿਹੜਾ ਵੀ ਪ੍ਰੋਗਰਾਮ ਕੀਤਾ ਉਹਦੇ ਟ੍ਰਾਂਸਕ੍ਰਿਪਟ ਲੱਗਣ ਗਿਆ 10th ਦੀ ਤੁਹਾਡੀ ਮਾਰਕਸ਼ੀਟ ਜਿਹੜੀ ਪਹਿਲਾਂ ਸੀ ਉਹ ਲੱਗੇਗੀ ਉਹਦੇ ਨਾਲ ਤੁਸੀਂ ਜਿਹੜਾ ਪਾਥਵੇ ਪ੍ਰੋਗਰਾਮ ਲੈ ਕੇ ਮੇਨ ਪ੍ਰੋਗਰਾਮ ਦੇ ਵਿੱਚ ਆਲ ਓਵਰ ਵਰਲਡ ਕਿਧਰੇ ਵੀ ਜਾ ਸਕਦੇ ਹੋ ਇਹ ਬਹੁਤ ਅੱਛਾ ਪ੍ਰੋਗਰਾਮ ਹੈ ਔਰ ਫੀਸ ਵੀ ਬਹੁਤ ਘੱਟ ਹੈ ਠੀਕ ਹੈ ਤੇ ਵਾਕਈ ਇੱਕ ਅੱਛਾ ਪ੍ਰੋਗਰਾਮ ਹੈ ਜਿਸ ਦੇ ਨਾਲ ਪਾਠਕ੍ਰਮ ਪ੍ਰੋਗਰਾਮ ਹੈ ਜਿਹੜਾ ਸਟੂਡੈਂਟ ਜੋ ਹੈ ਉੱਥੇ ਯੂਕੇ ਜਾ ਕੇ ਉਹ ਆਪਣੀ ਕਿਸੇ ਵੀ ਜਿਹੜੀ ਕੰਟਰੀ ਹੋਰ ਜਾਣਾ ਚਾਹੁੰਦਾ ਉੱਥੇ ਜ਼ਰੂਰ ਜਾ ਸਕਦਾ ਜਿਵੇਂ ਮੈਮ ਨੇ ਕਿਹਾ ਤਾਂ ਉਹਨਾਂ ਨੂੰ ਤੇ ਵਾਪਸ ਆਣ ਦੀ ਵੀ ਜ਼ਰੂਰਤ ਨਹੀਂ ਪੈਗੀ ਉੱਥੋਂ ਹੀ ਅੱਗੇ ਤੁਸੀਂ ਜੋ ਹੈ ਅਗਲੀ ਕੰਟਰੀ ਵਿੱਚ ਮੂਵ ਕਰ ਸਕਦੇ ਹੋ ਸੋ ਮੈਮ ਇਸ ਲਈ ਆਪਾਂ ਬੇਸਿਕ ਰਿਕੁਆਇਰਮੈਂਟਸ ਹੀ ਹੋਰ ਡਿਟੇਲ ਵਿੱਚ ਜੇਕਰ ਗੱਲ ਕਰੀਏ ਔਰ ਐਡਮਿਸ਼ਨ ਦੀ ਵੀ ਗੱਲ ਕਰ ਲਈਏ ਕਦੋਂ ਸਟੂਡੈਂਟ ਇਹਦੇ ਲਈ ਅਪਲਾਈ ਕਰ ਸਕਦਾ ਹੈ ਔਰ ਕਿੰਨੀ ਕੋ ਸੀਟਸ ਦੀ ਅਵੇਲੇਬਿਲਿਟੀ ਵੀ ਇਸ ਪ੍ਰੋਗਰਾਮ ਵਿੱਚ ਮੰਨੀ ਜਾ ਸਕ ਦੇਖੋ ਹਰ ਜੋ ਇਸ ਟਾਈਮ ਜਿਹੜਾ ਜਨ ਇਨਟੇਕ ਹੈ ਜੀ ਜਨ ਇਨਟੇਕ ਵਾਸਤੇ ਹੁਣੇ ਅਪਲਾਈ ਕਰਨਾ ਪਏਗਾ ਬਾਕੀ ਜਿਹੜੀ ਫਾਰਮੈਲिटीज ਹੈ ਇਹ ਉਹ ਮੇਨ ਪ੍ਰੋਗਰਾਮ ਦੀ ਉਨੀਆਂ ਹੀ ਹਨ 28 ਡੇਜ਼ 올ਡ ਫੰਡ 28 ਦਿਨ ਪੁਰਾਣੇ ਫੰਡ ਚਾਹੀਦੇ 1 ਸਾਲ ਦੇ ਜਿਹੜੇ ਲਿਵਿੰਗ ਐਕਸਪੈਂਸਸ ਔਰ ਜਿਹੜਾ ਤੁਹਾਡੇ 1 ਇਅਰ ਦੀ ਫੀਸ ਫੀਸ ਦੇ ਵਿੱਚ ਕਿੰਨੀ ਚੱਲੀ ਗਈ ਔਰ ਜੇ ਬਚਦੀ ਹੈ ਤੇ 19 ਫੇਸ ਅਕਾਊਂਟ ਦੇ ਵਿੱਚ 28 ਡੇਸ 올ਡ ਸ਼ੋ ਕਰਨੀ ਹੈ ਯੂਕੇ ਦੇ ਵਿੱਚ ਇਹ ਚੀਜ਼ ਬਹੁਤ ਅੱਛੀ ਹੈ ਕੋਈ ਆਈਟੀਆਰ ਨਹੀਂ ਜਾਂਦੀ ਹੈ ਅੱਛਾ ਇਨਕਮ ਟੈਕਸ ਰਿਟਰਨ ਨਹੀਂ ਜਾਣੀ ਪ੍ਰਾਪਰਟੀ ਦੇ ਡਾਕੂਮੈਂਟਸ ਨਹੀਂ ਜਾਣੇ ਖਾਲੀ 28 ਡੇਸ 올ਡ ਫੰਡ ਇਹੀ ਸ਼ੋ ਕਰਨੇ ਇਹਦੇ ਨਾਲ ਤੁਸੀਂ ਜਾ ਸਕਦੇ ਹੋ ਕਿਉਂਕਿ ਬਹੁਤ سارے ਏਜੰਟਸ ਮੈਂ ਦੇਖਿਆ ਕਿ ਇੰਗਲਿਸ਼ ਦਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਪਾ ਦਿੰਦੇ ਆ ਬੱਚੇ ਦਾ ਵੀਜ਼ਾ ਉਹਦੇ ਵਿੱਚ 30 ਤੋਂ 40% ਆਨ ਦੀ ਸੰਭਾਵਨਾ ਹੈ ਕਿਉਂਕਿ ਉਹ ਵਿਜ਼ਿਟਰ ਵੀਜ਼ਾ ਦੀ ਕੈਟਾਗਰੀ ਦੇ ਅੰダー ਆਂਦਾ ਕੋਈ ਵੀ ਪ੍ਰੋਗਰਾਮ ਲੈਸਰ than 6 ਮਨਥ ਹੋਏਗਾ ਉਹ ਵਿਜ਼ਿਟਰ ਵੀਜ਼ਾ ਦੀ ਕੈਟਾਗਰੀ ਦੇ ਅੰダー ਆਂਦਾ ਫੰਡਸ ਉਹਦੇ ਵਿੱਚ ਵੀ 8 ਦਿਨ ਪੁਰਾਣੇ ਹੀ ਦਿਖਾਣੇ ਪੈਂਦੇ ਆ ਜਿੰਨੇ ਵੀ ਮਤਲਬ ਤੁਸੀਂ ਸ਼ੋ ਕਰਨੇ ਆ ਜੋ ਲਿਵਿੰਗ ਐਕਸਪੈਂਸਸ ਐਂਡ ਫੀਸ ਦਾ ਮਿਲਾ ਕੇ ਲੇਕਿਨ ਕਿਉਂਕਿ ਉਹ ਵਿਜ਼ਿਟਰ ਵੀਜ਼ਾ ਦੀ ਕੈਟਾਗਰੀ ਹੈ ਸਟੂਡੈਂਟ ਵੀਜ਼ਾ ਨਹੀਂ ਹੈ ਤਾਂ ਵਿਜ਼ਿਟਰ ਵੀਜ਼ਾ ਜਿਹੜਾ ਬਹੁਤ ਪ੍ਰੋਫਾਈਲ ਦੇ ਨਾਲ ਲੱਗਦਾ ਕਿ ਫੈਮਿਲੀ ਪ੍ਰੋਫਾਈਲ ਕੀ ਹੈ ਉਹਨਾਂ ਨੇ ਜਮਾ ਕਿੰਨਾ ਕਿੱਤਾ ਹੋਇਆ ਬੈਂਕ ਦੇ ਵਿੱਚ ਮਤਲਬ ਇਹ ਸਾਰੀ ਚੀਜ਼ਾਂ ਹੁੰਦੀਆਂ ਤੇ ਉਹਦੇ ਨਾਲ ਉਹ ਵਾਲੇ ਪ੍ਰੋਫਾਈਲ ਨੂੰ ਆਪਾਂ ਜ ਇਹਦੇ ਵਿੱਚ ਲੈ ਲਈਏ ਪਾਥਵੇ ਪ੍ਰੋਗਰਾਮ ਚ ਤਾਂ ਵੀਜ਼ਾ ਆਲਮੋਸਟ 100% ਆਂਦਾ ਹੈ ਜੀ ਬਿਲਕੁਲ ਮੈਨੂੰ ਉਮੀਦ ਹੈ ਕਿ ਸਟੂਡੈਂਟਸ ਨੇ ਚੀਜ਼ ਇਸ ਪ੍ਰੋਗਰਾਮ ਬਾਰੇ ਪੂਰੀ ਕਲੈਰਿਟੀ ਜ਼ਰੂਰ ਹੋ ਗਈ ਆ ਪਰ ਫਿਰ ਵੀ ਅਗਰ ਤੁਹਾਨੂੰ ਕਿਸੇ ਵੀ ਚੀਜ਼ ਦਾ ਡਾਊਟ ਹੈ ਮਨ ਦੇ ਵਿੱਚ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਨੈਵੀਗੇਟਰਸ ਓਵਰਸੀਜ਼ ਐਸ ਉੱਪਰ ਤੁਸੀਂ ਕਾਲ ਕਰਕੇ ਟਾਈਮਲੀ ਜੋ ਹੈ ਜ਼ਰੂਰ ਕਲੈਰਿਟੀ ਲੈ ਲੈਣੀ ਹੈ ਤਾਂ ਕਿ ਤੁਸੀਂ ਟਾਈਮਲੀ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧਦੇ ਹੋਏ ਅਪਲਾਈ ਕਰ ਸਕੋ ਵੀਜ਼ਾ ਹਾਸਲ ਕਰ ਸਕੋ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੇ ਕਿ ਅੱਜ ਇਸ ਖਾਸ ਆਪਸ਼ਨ ਬਾਰੇ ਖਾਸ ਪ੍ਰੋਗਰਾਮ ਬਾਰੇ ਵੀ ਤੁਸੀਂ ਸਟੂਡੈਂਟਸ ਨੂੰ ਗਾਈਡ ਕੀਤਾ ਨਾਲੇ ਸਟੂਡੈਂਟਸ ਨੂੰ ਜ਼ਰੂਰ ਕਹਾਂਗੀ ਕਿ ਜੇਕਰ ਚਾਹੁੰਦੇ ਹੋ ਡਾਇਰੈਕਟ ਲਾਈਵ ਸੈਸ਼ਨ ਵਿੱਚ ਕਾਲ ਕਰਕੇ ਮੈਮ ਤੋਂ ਗਾਈਡੈਂਸ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਸੰਡੇ ਮੰਡੇ ਅਤੇ ਟਿਊਜ਼ਡੇ ਐਤਵਾਰ ਸੋਮਵਾਰ ਅਤੇ ਮੰਗਲਵਾਰ ਰਾਤ 8:30 ਵਜੇ ਇਸ ਚੈਨਲ ਦੇ ਉੱਪਰ ਤੁਸੀਂ ਲਾਈਵ ਸੈਸ਼ਨ ਦੇ ਵਿੱਚ ਜੁੜ ਸਕਦੇ ਹੋ ਆਪਣੇ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਮੈਮ ਤੁਹਾਡਾ ਧੰਨਵਾਦ ਕਰਦੇ ਹੋਏ ਅੱਗੋਂ ਇਜਾਜ਼ਤ ਚਾਹਾਂਗੇ ਸਟੂਡੈਂਟਸ ਉਹ ਵੀ ਨਾਲ ਕਹਿਣਾ ਚਾਹਾਂਗੇ ਕਿ ਤੁਹਾਡੇ ਆਪਣੇ ਕੋਈ ਵੀ ਸਵਾਲ ਨੇ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਉਹਨਾਂ ਟਾਪਿਕਸ 'ਤੇ ਵੀ ਅਸੀਂ ਅੱਗੋਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹੀਏ حال ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ